ਪਰ ਸੋਚਿਆ ਵੀ ਜਿਹੜੀਆਂ ਇਹ ਚੀਜ਼ਾਂ ਮਹਿੰਗੀਆਂ ਕਾਰਾਂ ਮਹਿੰਗਾ ਖਾਣਾ ਮਹਿੰਗੇ ਕੱਪੜੇ ਪਾਉਣੇ ਇਹ ਥੋੜੇ ਟਾਈਮ ਲਈ ਹੈ ਨਾ ਜ਼ਿੰਦਗੀ ਮਰਨ ਤੋਂ ਬਾਅਦ ਜਿਉਣਾ ਸ਼ੁਰੂ ਹੁੰਦੀ ਆ ਬਬੀ ਪਹਿਲੀ ਗੱਲ ਇਹ ਆ ਵੀ ਜਿਹੜੀ ਇਹ ਸੇਵਾ ਨਾ ਇਹ ਤਾਂ ਤੁਸੀਂ ਕਿਸੇ ਨੂੰ ਲੱਖ ਰੁਪਈਆ ਦੇ ਦੋਗੇ ਤਾਂ ਵੀ ਨਹੀਂ ਹੋਣੀ ਕਿਉਂਕਿ ਇਸੇ ਦਾ ਲੈਟਰਨਿੰਗ ਬਾਥਰੂਮ ਉਲਟੀ ਚੁਕਣਾ ਇਹ ਆਪਾਂ ਵੇਖਦੇ ਆ ਕੋਈ ਆਪਣਿਆਂ ਦਾ ਨਹੀਂ ਚੁਕਦਾ ਤੇ ਤਨਖਾਈ ਆ ਬੰਦਾ ਕਦੇ ਵੀ ਸੇਵਾ ਨਹੀਂ ਕਰ ਸਕਦਾ ਵੀ ਜਿਹੜਾ ਇਹ ਕਾਰਜ ਆ ਇਹ ਅਸੀਂ ਨਹੀਂ ਗੁਰੂ ਨਾਨਕ ਸਾਹਿਬ ਨੇ ਬਹੁਤ ਲੰਮੇ ਸਮੇਂ ਤੋਂ 1469 ਜੀ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਉਦੋਂ ਹੀ ਜਿਹੜਾ ਇਹ ਕਾਰਜ ਆਰੰਭ ਹੋ ਚੁੱਕਿਆ ਸੀ ਇਨਸਾਨੀਅਤ ਦਾ ਕਿਉਂਕਿ ਮਹਰ ਨੇ ਕਿ ਆਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋਮਨ